ਪੀਆਰਟੀਸੀ ਦੀ ਬੱਸ ਦੀ ਸਕਾਰਪੀਓ ਕਾਰ ਦੇ ਨਾਲ ਭਿਆਨਕ ਟੱਕਰ ਹੋਈ, ਜਿਸ ਤੋਂ ਬਾਅਦ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਗਏ। ਬੱਸ ਚਾਲਕਾਂ ਦੇ ਵੱਲੋਂ ਸੜਕ ਜਾਮ ਕਰਕੇ ਰੋਸ ਕੀਤਾ ਗਿਆ ਤਾਂ ਲੰਮਾ ਜਾਮ ਵੀ ਇੱਥੇ ਲੱਗ ਪਿਆ। ਲੁਧਿਆਣਾ ਦੇ ਤਾਜਪੁਰ ਰੋਡ ਦੀਆਂ ਇਹ ਤਸਵੀਰਾਂ ਨੇ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ, ਜਿਨ੍ਹਾਂ ਨੇ ਦੋਵੇਂ ਧਿਰਾਂ ਨੂੰ ਸਮਝਾ ਕੇ ਇੱਕ ਪਾਸੇ ਕੀਤਾ, ਫਿਰ ਕਿਤੇ ਜਾ ਕੇ ਇਹ ਜਾਮ ਖੁੱਲਿਆ ਤਾਂ ਪੀਆਰਟੀਸੀ ਦੀ ਬੱਸ ਦੀ ਸਕਾਰਪੀਓ ਦੇ ਨਾਲ ਭਿਆਨਕ ਟੱਕਰ ਹੋਈ। ਦੋਵੇਂ ਧਿਰਾਂ ਦੇ ਵਿੱਚ ਤਿੱਖੀ ਬਹਿਸ ਹੋਈ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ, ਬੱਸ ਚਾਲਕਾਂ ਨੇ ਸੜਕ ਤੇ ਜਾਮ ਲਗਾ ਦਿੱਤਾ। ਦੋਵੇਂ ਧਿਰਾਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰ ਰਹੀਆਂ ਨੇ, ਇਲਜ਼ਾਮ ਲਗਾ ਰਹੇ ਨੇ। ਹਾਦਸੇ ਮੌਕੇ ਸੜਕ ਤੇ ਲੰਮਾ ਜਾਮ ਲੱਗ ਪਿਆ। ਲੁਧਿਆਣਾ ਦੇ ਤਾਜਪੁਰ ਰੋਡ ਦੀ ਇਹ ਘਟਨਾ ਹੈ। ਦੋਵੇਂ ਵਾਹਨ ਸੜਕ ਤੇ ਖੜੇ ਰਹੇ ਤੇ ਇਹ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਰਹੇ। ਤਾਂ ਦੱਸ ਦਈਏ ਕਿ ਭਾਜੀ ਮੈਂ ਇੰਡੀਕੇਟਰ ਦਿੱਤਾ ਹੋਇਆ ਸੀ, ਮੈਂ ਇੱਧਰ ਜਾਣਾ ਸੀ ਗਊਸ਼ਾਲਾ ਵਾਲੀ ਸਾਈਡ, ਅਤੇ ਡਰਾਈਵਰ ਨੂੰ ਚੰਗਾ ਭਲਾ ਦਿਖਦਾ ਪਿਆ ਵੀ ਇੰਡੀਕੇਟਰ ਦਿੱਤਾ ਹੋਇਆ ਵੀ ਬ੍ਰੇਕ ਲਾਉਣ ਨੂੰ ਲਾ ਸਕਦਾ ਸੀ, ਇਹਨੇ ਬ੍ਰੇਕ ਨਹੀਂ ਲਾਈ, ਪਿਛਲਾ ਪਾਸਾ ਲਿਆ ਕੇ ਗੱਡੀ 'ਚ ਮਾਰਤਾ, ਗੱਡੀ ਨੂੰ ਹਜੇ 15 ਦਿਨ ਹੋਏ ਭਾਜੀ ਲਿੱਤੀ ਨੂੰ। ਹਾਂਜੀ 15 ਦਿਨ ਹੋਏ ਭਾਜੀ ਗੱਡੀ ਲਿੱਤੇ ਨੂੰ, ਡਰਾਈਵਰ ਨੂੰ ਇੰਡੀਕੇਟਰ ਦਿਖਦਾ ਵੀ ਪਿਆ। ਹਾਂਜੀ ਪ੍ਰੋਪਰ ਭਾਜੀ ਬੱਸ ਸਹੀ ਸੀ, ਬੱਸ ਵਾਲੇ ਨੂੰ ਇੰਡੀਕੇਟਰ ਦਿਖਦਾ ਪਿਆ, ਰੋਕ ਲਵੇ ਉਹ ਵਿੱਚ ਲਿਆ ਕੇ ਮਾਰ ਰਿਹਾ, ਜਾਣ ਕੇ ਵਿੱਚ ਅੱਗੇ ਬ੍ਰੇਕ ਲਿਆ ਕੇ ਅੱਗੇ ਲਿਆ ਰਿਹਾ ਬ੍ਰੇਕ ਮਾਰ ਮਾਰ ਕੇ। ਭਾਜੀ ਮੈਂ ਇੱਧਰੋਂ ਆ ਰਿਹਾ ਸੀਗਾ ਟਿੱਬਾ ਰੋਡ ਵੱਲੋਂ ਇੱਧਰੋਂ, ਅਤੇ ਮੈਂ ਵਾਪਸ ਮੋੜ ਕੇ ਇੱਧਰ ਜਾਣਾ ਸੀ ਗਊਸ਼ਾਲਾ ਵਾਲਾ, ਮੈਂ ਇੰਡੀਕੇਟਰ ਦਿੱਤਾ ਸੀ ਬਕਾਇਦਾ, ਬੱਸ ਸਿੱਧੀ ਜਾ ਰਹੀ ਸੀ, ਇੰਡੀਕੇਟਰ ਬੱਸ ਵਾਲੇ ਨੂੰ ਦਿਖਦਾ, ਬੱਸ ਬੜੀ ਦੂਰ ਸੀ, ਬੱਸ ਵਾਲੇ ਨੂੰ ਇੰਡੀਕੇਟਰ ਦਿਖਦਾ ਵੀ ਹੋਊਗਾ, ਜੇ ਦੂਰ ਹੋਊਗੀ ਤਾਂ ਵੀ ਉਹਨੇ ਵਿੱਚ ਲਿਆ ਕੇ ਮਾਰੀ। ਭਾਜੀ ਕੰਡਕਟਰ ਇੱਥੋਂ ਭਾਈ ਕਹਿੰਦਾ ਜੀ, ਕਹਿੰਦਾ ਮੈਂ ਸਰਕਾਰੀ ਮੁਲਾਜ਼ਮ ਹਾਂ, ਤੂੰ ਮੇਰਾ ਕੁਛ ਨਹੀਂ ਕਰ ਸਕਦਾ, ਕਹਿੰਦਾ ਜੋ ਕਰਨਾ ਤੂੰ ਕਰ ਲੈ। ਉੱਤੋਂ ਧਮਕੀ ਦੇ ਰਿਹਾ, ਉੱਤੋਂ ਧਮਕੀ ਦੇ ਰਹੇ, ਬੱਸ ਲਾ ਕੇ ਧਰਨਾ ਦੇ ਦੇਣਾ ਵਾ, ਉੱਤੋਂ ਧਮਕੀ ਦੇ ਰਹੇ ਆ। ਭਾਜੀ ਉਹਨਾਂ ਨੂੰ ਕਿਹਾ ਵੀ ਫੈਸਲਾ ਕਰ ਲਓ, ਜਿਹੜੇ ਪੈਸੇ ਲੱਗਦੇ ਲਾ ਦਿਓ, ਮੇਰੀ 15 ਦਿਨ ਪੁਰਾਣੀ ਗੱਡੀ, 15 ਦਿਨ ਹੋਏ ਲਿੱਤੇ ਨੂੰ, ਜਿੰਨੇ ਪੈਸੇ ਲੱਗਦੇ ਲਾ ਦਿਓ, ਮੰਨਦੇ ਨਹੀਂ ਵੀ ਇੱਥੋਂ ਭਾਈ ਪੈਂਦਾ ਪਿਆ ਡਰਾਈਵਰ। ਕੰਡਕਟਰ ਉੱਤੋਂ ਧਮਕੀਆਂ ਦੇ ਰਿਹਾ ਵੀ, ਡਰਾਈਵਰ ਪਹਿਲਾਂ ਦੇ ਰਿਹਾ ਸੀ ਧਮਕੀਆਂ ਵੀ ਮੈਂ ਸਰਕਾਰੀ ਮੁਲਾਜ਼ਮ ਹਾਂ, ਕੰਡਕਟਰ ਉੱਤੋਂ ਦੇ ਰਿਹਾ ਵੀ ਸਰਕਾਰੀ ਮੁਲਾਜ਼ਮ ਹਾਂ, ਕਹਿੰਦਾ ਮੈਂ ਮੁਲਾਜ਼ਮ ਪਰੇ ਖੜੇ ਸੀ ਜੀ, ਉਹ ਆਏ ਆ, ਉਹ ਵੀ ਉਹਨਾਂ ਦੀ ਸਾਈਡ ਹੀ ਲੈ ਰਹੇ ਜੀ ਬੱਸਾਂ ਵਾਲੇ, ਸਰਕਾਰੀ ਮੁਲਾਜ਼ਮ ਸਰਕਾਰੀ ਬੱਸ। ਹਾਂਜੀ ਹਾਂਜੀ ਕਲੇਮ ਦਵਾ ਦੇਣ, ਜਿੰਨੇ ਪੈਸੇ ਲੱਗਣਗੇ ਜ਼ਰੂਰੀ ਆ ਭਾਜੀ ਉਹ ਤਾਂ, ਕਿਉਂਕਿ 15 ਦਿਨ ਹੋਏ ਭਾਜੀ ਗੱਡੀ ਲਿੱਤੇ ਨੂੰ, ਕਲੇਮ ਤਾਂ ਲਵਾਂਗੇ, ਫਿਰ ਪੈਸੇ ਦੇਣੇ ਪੈਣੇ ਉਹਨਾਂ ਨੂੰ। ਮਾਮਲਾ ਯਾਰ ਤੁਹਾਡੇ ਸਾਹਮਣੇ ਹੀ ਆ, ਮੈਂ ਤਾਂ ਸਿੱਧਾ ਜਾ ਰਿਹਾ ਵਾਂ, ਉੱਧਰੋਂ ਲਿਆ ਕੇ ਗੱਡੀ ਮਾਰ ਰਿਹਾ, ਹੁਣ ਮੇਰਾ ਥੋੜ੍ਹੀ ਕਸੂਰ ਹੋਵੇ, ਕੁਛ ਨਹੀਂ ਦਿੱਤਾ, ਇੰਨੀਆਂ ਸਵਾਰੀਆਂ ਝੂਠ ਬੋਲਦੀਆਂ ਸਾਰੀ ਆ, ਮੈਂ ਕਿਹਾ ਸਾਰੇ ਵਿੱਚ ਹੈ, ਪੁੱਛ ਲਓ ਇਹਨਾਂ ਨੂੰ, 52 ਸਵਾਰੀਆਂ ਵਿੱਚ ਹੈ, ਇੱਕ ਵੀ ਕਹਿ ਦੇਵੇ ਮੈਂ ਗਲਤ ਹਾਂ। ਮਾਮਲਾ ਜੀ ਆ ਰੋਡਵੇਜ਼ ਦੀ ਬੱਸ ਆ, ਆਪਣੀ ਨੰਬਰ ਕੀ ਇਹਦਾ ਦੇਖੋ, ਰੋਡਵੇਜ਼ ਦੀ ਬੱਸ 'ਚ ਉੱਧਰ ਸਕਾਰਪੀਓ ਗੱਡੀ ਦਾ ਕੋਈ ਆਪਣਾ, ਜਿਹੜੀ ਬੱਸ ਆਪਣੀ ਸਿੱਧੀ ਆ ਰਹੀ ਸੀ ਉੱਧਰੋਂ, ਜਿਹੜੀ ਤਾਜਪੁਰ ਰੋਡ ਜੇਲ੍ਹ ਰੋਡ ਆ ਉੱਧਰੋਂ ਜਿਹੜੀ ਸਕਾਰਪੀਓ ਕ੍ਰੋਸ ਕਰ ਰਹੀ ਸੀਗੀ, ਕ੍ਰੋਸ ਕਰਦੇ ਨਾ ਉਹਨਾਂ ਨੇ ਬੱਸ ਦੇ ਪਿੱਛੇ ਗੱਡੀ ਮਾਰਤੀ ਆ, ਜਿਹਦੇ 'ਤੇ ਉਹਦਾ ਸਕਾਰਪੀਓ ਦਾ ਥੋੜ੍ਹਾ ਬਹੁਤਾ ਨੁਕਸਾਨ ਹੋਇਆ। ਅਸੀਂ ਇਲਾਕੇ ਦਾ ਉਹਨੂੰ ਸਮਝਾਇਆ ਵੀ ਆਪਣੇ ਗੱਡੀਆਂ ਸਾਈਡ 'ਤੇ ਕਰ ਲਓ, ਜਿਨ੍ਹਾਂ ਨੇ ਸਾਨੂੰ ਧਮਕੀ ਦਿੱਤੀ ਕਿ ਅਸੀਂ ਇੱਥੇ ਰੋਡਵੇਜ਼ ਦੀਆਂ ਬੱਸਾਂ ਖੜਾ ਕੇ ਆਪਣਾ ਧਰਨਾ ਦੇਵਾਂਗੇ ਅਤੇ ਜਾਮ ਲਾਵਾਂਗੇ। ਇਹ ਬੱਸ ਨੂੰ ਮੈਂ ਅੱਗੇ ਕਰਾਉਣ ਦੀ ਕੋਸ਼ਿਸ਼ ਕੀਤੀ, ਜਿਹਨੇ ਮੈਨੂੰ ਕਿਹਾ ਵੀ ਮੈਂ ਅੱਗੇ ਨਹੀਂ ਹੋਣਾ, ਮੈਂ ਇੱਥੇ ਸਵਾਰੀਆਂ ਲਾ ਕੇ ਧਰਨਾ ਦਊਂਗਾ, ਵੀ ਸਾਡੇ ਅਸੀਂ ਸਾਰੀਆਂ ਬੱਸਾਂ ਰੋਡਵੇਜ਼ ਦੀਆਂ ਰੋਕ ਕੇ ਇੱਥੇ ਧਰਨਾ ਦੇਵਾਂਗੇ, ਇਹ ਮੈਨੂੰ ਗੱਲ ਕਹੀ ਇਹਨਾਂ ਨੇ। ਵੀ ਹੁਣ ਇੱਥੇ ਲੁਧਿਆਣੇ ਟ੍ਰੈਫਿਕ ਜਾਮ ਹੋਣ ਕਾਰਨ ਇੰਡੀਕੇਟਰ ਅੱਜ ਕੱਲ੍ਹ ਇੰਨਾ ਦਿਖਦਾ ਨਹੀਂ ਗਾ, ਬੱਸ ਉੱਚੀ ਹੁੰਦੀ ਉਹ ਥੋੜ੍ਹਾ ਉਹ ਗੱਡੀ ਨੀਵੀਂ ਸੀ, ਜਦੋਂ ਹਾਂ ਉਹ ਥੋੜ੍ਹੀ ਇਹ ਕ੍ਰੋਸ ਕਰਨ ਲੱਗਿਆ ਤਾਂ ਪਿਛਲਾ ਹਿੱਸਾ ਉਹਦਾ ਗੱਡੀ ਦਾ ਬਚ ਗਿਆ ਜੀ।
ਕਾਰਵਾਈ ਜੀ ਹੁਣ ਫੋਨ ਕੀਤਾ ਆਈ ਓ ਸਾਹਿਬ ਨੂੰ ਕੰਟਰੋਲ ਰੂਮ 'ਤੇ ਕੀਤਾ, ਹੁਣ ਆਈ ਓ ਆ ਰਹੇ ਨੇ, ਦੇਖੋ ਅੱਗੇ ਉਹਨਾਂ ਨੂੰ ਇਹ ਗੱਡੀਆਂ ਥਾਣੇ ਲੈ ਕੇ ਜਾਵਾਂਗੇ ਅਤੇ ਬਣਦੀ ਕਾਰਵਾਈ ਜੀ 'ਤੇ ਬਣਦੀ ਉਹ ਕਾਰਵਾਈ ਕਰਾਂਗੇ।